ਫਿਰੋਜ਼ਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਮਿਲੀ ਹੈ, ਕਰੀਬ 216 ਮੋਬਾਈਲ ਲੱਭਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੀ ਟੈਕਨੀਕਲ ਵਿੰਗ ਜਿਹੜੀ ਹੈ ਉਸ ਦੇ ਵੱਲੋਂ ਜਿਹੜੇ ਹੈ ਵੱਖ ਵੱਖ ਤਰੀਕਿਆਂ ਦੇ ਨਾਲ ਜਿਹੜੇ ਮੋਬਾਈਲ ਲੋਕਾਂ ਦੇ ਗੁੰਮ ਹੋਏ ਸੀਗੇ ਜਾਂ ਕਈ ਚੋਰੀ ਵੀ ਹੋਏ ਸੀਗੇ ਉਹ ਮੋਬਾਈਲ ਜਿਹੜੇ ਹੈ ਲੱਭਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਤਸਵੀਰਾਂ ਤੁਹਾਨੂੰ ਦਿਖਾਉਂਦੀ ਕਰਾਂ, ਕਰੀਬ 216 ਮੋਬਾਈਲ ਅੱਜ ਪੰਜਾਬ ਪੁਲਿਸ ਨੂੰ ਜਿਹੜੀ ਹੈ ਲੱਭਣ 'ਚ ਕਾਮਯਾਬੀ ਹਾਸਲ ਕੀਤੀ ਹੈ। ਔਰ ਇਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਜਿਹੜੇ ਅੱਜ ਸਪੁਰਦ ਵੀ ਕੀਤੇ ਜਾਣਗੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲੋਕ ਜਿਹੜੇ ਹੈ ਜਿਨ੍ਹਾਂ ਨੇ ਕੰਪਲੇਂਟ ਪੰਜਾਬ ਪੁਲਿਸ ਨੂੰ ਕੀਤੀ ਸੀਗੀ ਉਹ ਅੱਜ ਮੋਬਾਈਲ ਉਹਨਾਂ ਨੂੰ ਦੇਣ ਜਾ ਰਹੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਇੱਕ ਕਾਊਂਟਰ ਲਗਾ ਕੇ ਉਹਨਾਂ ਦੀ ਜਿਹੜੀ ਹੈ ਭਾਲ ਵੀ ਕੀਤੀ ਗਈ ਹੈ, ਹੱਥ ਵਿੱਚ ਉਹਨਾਂ ਦੇ ਡੱਬੇ ਵੀ ਲਿੱਤੇ ਹੋਏ ਨੇ ਔਰ ਅੱਜ ਮੋਬਾਈਲ ਕਿ ਜਿਹੜੇ ਇਹ ਦਿੱਤੇ ਜਾਣਗੇ। ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਸਾਰੇ ਡਾਕੂਮੈਂਟਸ ਚੈੱਕ ਕਰਕੇ ਲੋਕਾਂ ਨੂੰ ਮੋਬਾਈਲ ਸਬੂਤ ਕੀਤਾ ਜਾਏਗਾ। ਦੂਜੇ ਪਾਸੇ ਤਸਵੀਰਾਂ ਦੇ ਵਿੱਚ ਲੋਕ ਵੀ ਜਿਹੜੇ ਹੈ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ, ਕਰੀਬ 216 ਮੋਬਾਈਲ ਜਿਹੜੇ ਹੈ ਅੱਜ ਇਹਨਾਂ ਦੇ ਇਹਨਾਂ ਨੂੰ ਸਬੂਤ ਕੀਤੇ ਜਾਣਗੇ। ਤਾਂ ਕੁਛ ਲੋਕ ਵੀ ਇੱਥੇ ਪਹੁੰਚੇ ਹੋਏ ਹਨ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇੱਥੇ ਦੂਜੇ ਪਾਸੇ ਜੇ ਗੱਲ ਕੀਤੀਏ ਤਾਂ SSP ਫਿਰੋਜ਼ਪੁਰ ਔਰ ਉਹਨਾਂ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ। ਲੋਕ ਜਿਹੜੇ ਹੈ ਇੱਥੇ ਆਏ ਹੋਏ ਨੇ, ਗੱਲਬਾਤ ਵੀ ਕਰ ਲੈਂਦੇ ਹਾਂ ਕਿ ਲੋਕਾਂ ਦੇ ਨਾਲ। ਮੋਬਾਈਲ ਸਰ, ਮੋਬਾਈਲ ਜਿਹੜਾ ਤੁਹਾਡਾ ਚੋਰੀ ਹੋਇਆ ਜਾਂ ਗੁੰਮ ਹੋਇਆ ਤਾਂ ਕਿੱਥੇ ਗੁੰਮ ਹੋਇਆ ਸੀਗਾ ਸਰ? ਮੇਰਾ ਜੀਰੇ ਗੁੰਮ ਹੋਇਆ ਸੀਗਾ ਜੀ, 9 ਲੱਖਾਂ ਮਾਰਕੀਟ ਦੇ ਬਾਹਰ, ਉੱਥੇ ਮੇਰੇ ਜੇਬ 'ਚੋਂ ਕਿਸੇ ਨੇ ਕੱਢ ਲਿਆ ਸੀਗਾ ਜੀ। ਅਤੇ ਅੱਜ ਮੈਂ ਧੰਨਵਾਦੀ ਹਾਂ ਪ੍ਰਸ਼ਾਸਨ ਦਾ, ਪੁਲਿਸ ਪ੍ਰਸ਼ਾਸਨ ਦਾ, ਸਰਦਾਰ ਆਪਣੇ SSP ਮੈਡਮ ਦਾ, ਸਰਦਾਰ ਗੁਰਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਯਤਨਾਂ ਨਾਲ ਸਾਡਾ ਮੋਬਾਈਲ ਲੱਭ ਕੇ ਦਿੱਤਾ। ਮੈਂ ਜਿੰਨੀ ਉਹਨਾਂ ਦੀ ਤਾਰੀਫ ਕਰਾਂ ਥੋੜ੍ਹੀ ਹੈ। ਮੈਂ ਜੀਰੇ ਰਹਿਣ ਵਾਲਾ, ਮੈਂ ਐਜੂਕੇਸ਼ਨ ਡਿਪਾਰਟਮੈਂਟ 'ਚੋਂ ਐਜ਼ ਏ ਹੈੱਡ ਮਾਸਟਰ ਰਿਟਾਇਰਡ ਨੇ। ਮੇਰਾ ਨਾਮ ਸੁਭਾਸ਼ ਗੁਪਤਾ ਹੈ, ਜੀਰੇ ਦੇ ਰਹਿਣ ਵਾਲਾ। ਮੈਂ ਕੀ ਮੰਨਦੇ ਹੋ ਕਿ ਪੰਜਾਬ ਪੁਲਿਸ ਦੀ ਜਿਹੜੀ ਵੱਡੀ ਉਪਲੱਬਧੀ ਹੈ, ਠੀਕ ਮੰਨਦੇ ਹੋ ਇਸ ਨੂੰ? ਬਹੁਤ ਵਧੀਆ, ਮੈਂ ਇਹਨਾਂ ਥੈਂਕਫੁਲ ਹਾਂ ਜੀ, ਬਹੁਤ ਵੱਡੀ ਉਪਲੱਬਧੀ ਹੈ। ਉਹਨਾਂ ਨੇ ਜਿਸ ਢੰਗ ਨਾਲ ਇਹਨਾਂ ਨੇ ਇਸ ਮੋਬਾਈਲ ਇੰਨੇ ਲੱਭੇ 216, ਜਿਵੇਂ ਹੁਣ ਮੰਚ ਤੋਂ ਜਿਵੇਂ ਕਿਹਾ ਗਿਆ ਵੀ ਅਸੀਂ ਅੱਗੇ ਵੀ 2-3 ਵਾਰੀ ਮੋਬਾਈਲ ਇੱਦਾਂ ਵੰਡੇ ਹੈ, ਅਤੇ ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ। ਬਿਲਕੁਲ, ਕਿੱਥੇ ਨਾ ਕਿੱਥੇ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੀ ਜੇ ਸ਼ਲਾਘਾ ਦੀ ਗੱਲ ਕੀਤੀ ਜਾ ਰਹੀ ਹੈ, ਪੰਜਾਬ ਪੁਲਿਸ ਦਾ ਜਿਹੜਾ ਵੱਡਾ ਉਪਰਾਲਾ ਮੋਬਾਈਲ ਜਿਹੜੇ ਅੱਜ ਲੱਭੇ ਆ ਉਹ ਨੇ, ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਇੱਥੇ ਬੈਠੇ ਨੇ, ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਤਾਂ ਹੋਰ ਵੀ ਕੁਛ ਲੋਕ ਨੇ ਗੱਲਬਾਤ ਕਰਦੇ ਆ ਜਿਨ੍ਹਾਂ ਦਾ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਪੰਜਾਬ ਪੁਲਿਸ ਦੇ ਉੱਤੇ। ਸਰ, ਤੁਸੀਂ ਮੋਬਾਈਲ ਜਿਹੜਾ ਅੱਜ ਲੈਣ ਆਏ ਹੋ ਤਾਂ ਕੀ ਕਹੋਗੇ ਇਸ ਨੂੰ? ਸਰ, ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ। ਜਿਹੜਾ ਸਾਡਾ 6-7 ਮਹੀਨੇ ਤੋਂ ਮੋਬਾਈਲ ਚੋਰੀ ਹੋਇਆ ਸੀ ਘਰੋਂ, ਡਕੈਤੀ ਹੋਈ ਹੈ, ਧੰਨਵਾਦ ਕਰਦੇ ਸਾਨੂੰ ਅੱਜ ਮੋਬਾਈਲ ਸਾਡਾ ਮੋਬਾਈਲ ਤੁਹਾਡਾ ਚੋਰੀ ਹੋਇਆ ਸੀਗਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇੱਕ ਅਖਬਾਰ ਵੀ ਹੈ ਜਿਸ ਦੇ ਵਿੱਚ ਇਹਨਾਂ ਦੀ ਖਬਰ ਲੱਗੀ ਹੋਈ ਹੈ, ਚੋਰ ਸ਼ਹਿਰ ਦੇ ਗਿਲਕੋ ਵੈਲੀ ਦੇ ਵਿੱਚ ਘਰ ਨੂੰ ਬਣਾਇਆ ਨਿਸ਼ਾਨਾ। ਇਹੀ ਖਬਰ ਹੈ ਜਿਹੜਾ ਕਿ ਜਿਹਦੇ ਵਿੱਚ ਸੋਨਾ ਚਾਂਦੀ ਔਰ ਕਈ ਕੀਮਤੀ ਸਮਾਨ ਵੀ ਚੋਰੀ ਹੋਏ ਨੇ ਤੁਹਾਡੇ? ਜੀ ਜੀ ਸਰ, 7,000 ਰੁਪਈਆ ਕੈਸ਼ ਵੀ ਹੋਇਆ ਚੋਰੀ, ਟੋਪਸ, ਕਾਂਟੇ, ਮੇਰੇ ਬੇਟੇ ਦੀ ਤਡਾਗੀ ਸੀ ਅਤੇ ਹੋਰ ਵੀ ਕਾਫੀ ਕੁਛ, ਕੱਪੜੇ ਲੀੜੇ ਵੀ ਉਹਨਾਂ ਨਹੀਂ ਛੱਡੇ, ਉਹ ਵੀ ਸਭ ਕੁਛ ਤੁਸੀਂ ਦੇਖ ਲਿਆਉਣਾ ਨਿਊਜ਼ 'ਚ ਲੱਗਾ ਆ, ਸਭ ਕੁਛ ਲੈ ਗਏ ਜੀ। ਇਹ ਮੋਬਾਈਲ ਦੇ ਨਾਲ ਹੀ ਹੋਇਆ ਸੀ ਚੋਰੀ, ਜਿਸ ਦਿਨ ਮੋਬਾਈਲ ਚੋਰੀ ਹੋਇਆ ਹੈ ਤਾਂ ਉਸੇ ਦਿਨ ਹੋਇਆ, ਤਾਂ ਕਿਵੇਂ ਵਾਰਦਾਤ ਕਿਵੇਂ ਹੋਈ ਸੀ? ਸਰ, ਉਹਨਾਂ ਨੇ ਗਰਮੀਆਂ ਦੇ ਦਿਨ ਸੀਗੇ, ਸਪਰੇਅ ਕਰਤੀ ਆ ਕੇ, ਸਪਰੇਅ ਕਰਤੀ, ਅਸੀਂ ਘੱਟੋ ਘੱਟ 6-7 ਮੈਂਬਰ ਸੀ ਘਰ ਦੇ, ਸਾਰੇ ਹੀ ਬੇਹੋਸ਼ ਹੋ ਗਏ। ਸੁਬਹਾ ਬੱਚਾ ਛੋਟਾ ਸੀ ਉਹਦੇ 'ਤੇ ਉਹਨੇ ਜ਼ਿਆਦਾ ਅਸਰ ਕੀਤਾ, ਬੱਚੇ ਨੂੰ ਸਾਹ 'ਚ ਪ੍ਰੋਬਲਮ ਆਈ ਅਤੇ ਉਹ ਰੋਇਆ ਕਰ ਲਾਇਆ ਲਗਭਗ 6:30-7 ਵਜੇ ਦੇ ਕਰੀਬ। ਫਿਰ ਅਸੀਂ ਉਹਨੂੰ ਬਾਹਰ ਲੈ ਕੇ ਗਏ ਹਾਂ, ਬਾਹਰ ਲਿਜਾਣ 'ਚ ਉਹਨੂੰ ਕਾਫੀ ਪ੍ਰੋਬਲਮ ਆਈ, ਫਿਰ ਵੀ ਸਾਹ 'ਚ, ਜਦੋਂ ਮੈਡਮ ਅੰਦਰ ਪਾਣੀ ਲੈਣ ਆਈ ਤਾਂ ਅੰਦਰ ਆ ਕੇ ਦੇਖਿਆ ਸਾਰਾ ਸਮਾਨ ਖਿਲ ਰਿਹਾ ਪਿਆ ਸੀ। ਫਿਰ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ 'ਚ ਰਾਤ ਡਕੈਤੀ ਹੋ ਚੁੱਕੀ ਹੈ, ਚੋਰੀ ਹੋ ਚੁੱਕੀ ਹੈ। ਫਿਰ ਦੇਖਿਆ ਸਾਰਾ ਸਮਾਨ ਫਰੋਲਿਆ, ਸਾਡੇ ਘਰ ਵਿੱਚ ਜਿੰਨੇ ਵੀ ਜੋ ਵੀ ਕੀਮਤੀ ਸਮਾਨ ਸੀ ਸਾਰਾ ਹੀ ਉਹ ਲੈ ਕੇ ਜਾ ਚੁੱਕੇ ਸਨ। ਸਾਰੇ ਨੁਕਸਾਨ ਜੇ ਆਪਾਂ ਮੰਨੀਏ, ਕਿੰਨਾ ਨੁਕਸਾਨ ਉਸ ਵਕਤ ਹੋਇਆ ਸੀ? ਲਗਭਗ ਸਰ ਸਾਰਾ ਟੋਟਲ 4 ਲੱਖ ਦੇ ਕਰੀਬ ਸੀ ਜੀ। ਅਤੇ ਕਿਸ ਜਗ੍ਹਾ ਤੁਸੀਂ ਰਹਿਣ ਵਾਲੇ ਹੋ, ਨਾਮ ਕੀ ਹੈ, ਅਤੇ ਮੋਬਾਈਲ ਜਿਹੜਾ ਤੁਹਾਡਾ ਉਸ ਦਿਨ ਗੁੰਮ ਹੋਇਆ ਸੀਗਾ ਅੱਜ ਤੁਹਾਨੂੰ ਪੁਲਿਸ ਦੇਣ ਜਾ ਰਹੀ ਹੈ, ਤਾਂ ਕਿਹੜੀ ਕੰਪਨੀ ਦਾ ਸੀਗਾ? ਸਰ, ਸੈਮਸੰਗ ਦਾ ਮੋਬਾਈਲ ਸੀ। ਮੇਰਾ ਨਾਂ ਕੁਲਵੰਤ ਸਿੰਘ ਹੈ, ਗਿਲਕੋ ਵੈਲੀ ਫਿਰੋਜ਼ਪੁਰ ਸਿਟੀ ਦੇ ਰਹਿਣ ਵਾਲੇ ਹਾਂ। ਤਾਂ ਕੀ ਅੱਜ ਪੰਜਾਬ ਪੁਲਿਸ ਦਾ ਜਿਹੜਾ ਉਪਰਾਲਾ ਹੈ, ਜਿਵੇਂ ਤੁਹਾਨੂੰ ਮੋਬਾਈਲ ਮਿਲ ਰਿਹਾ ਤਾਂ ਦੂਜਾ ਵੀ ਸਮਾਨ ਨਾਲ ਦੇ ਰਿਹਾ ਕਿਵੇਂ? ਨਹੀਂ ਸਰ, ਬਾਕੀ ਸਮਾਨ ਬਾਰੇ ਅਜੇ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਹੈਗੀ, ਸਿਰਫ ਮੋਬਾਈਲ ਬਾਰੇ ਆ। ਹੁਣ ਇਸ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਸਾਹਿਬ ਜੀ ਨਾਲ ਜਾਂ SSP ਸਾਹਿਬ ਨਾਲ ਜਾਂ ਬਾਕੀ ਸਟਾਫ ਨਾਲ, ਸਾਡੇ ਬਾਕੀ ਸਮਾਨ ਦੀ ਬਰਾਮਦੀ ਕਰਾ ਕੇ ਸਾਡੇ ਸਪੁਰਦ ਕਰਵਾਇਆ ਜਾਵੇ। ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਇੰਨੇ ਮਹੀਨਿਆਂ ਬਾਅਦ ਵੀ ਜੇਕਰ ਦੇਰ ਆਏ ਦਰੁਸਤ ਆਏ ਸਾਡਾ ਮੋਬਾਈਲ ਮਿਲ ਗਿਆ, ਅਤੇ ਮਤਲਬ ਚੋਰ ਲੱਭ ਗਏ ਨੇ, ਉਹ ਚੋਰਾਂ ਤੋਂ ਸਾਡੇ ਸਮਾਨ ਦੀ ਵੀ ਰਿਕਵਰੀ ਕਰਾ ਕੇ ਸਾਨੂੰ ਸਪੁਰਦ ਕਰਾਉਣਾ ਚਾਹੀਦਾ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
बिल्कुल तुम देख सकते हो इन्हों लोगों का कहना है देर आए दुरुस्त आए कि जिथे इन लखों की जी है कीमत दे नाल जिहड़ा समगरी जी चोरी हुई सी गोल्ड चोरी होया सीगा अज वो जिहड़े विच जिहड़ा है नहीं मिले लेकिन मोबाइल जिहड़ा है मौके पर जिहड़ा चोरी होया सी वो मिल गया। तो असी एस एस पी फिरोजपुर नाल भी गलबात करते हैं, पंजाब पुलिस की जिथे वड्डी कामयाबी है उस दे नाल एस एस पी फिरोजपुर नाल गलबात करते हैं। मैम अज पंजाब पुलिस की वड्डी कामयाबी है 216 मोबाइल लभना की कहोगी सुनिता? असी जी जिन्हें भी लॉस्ट मोबाइल्स के गुमे हुए मोबाइल्स का सानू इनफॉर्मेशन आती है कंप्लेंट आती है साड़ी कोशिश रहती है कोई भी कंप्लेंट जी पब्लिक की है अनहर्ड ना जाए जिनी भी हद तक हो सकती है असी हल करने की कोशिश करते हैं। अज 216 मोबाइल असी जो गुमे हुए से इन्हों वापस किए हैं लोगों को सानू बड़ा अच्छा रिस्पोंस भी मिले लोगों तो। मैम एक दे विच एक कुलवंत सिंह नाम का व्यक्ति है गिलको कलोनी दे विच उहदा मोबाइल भी चोरी होया सी ते उस मोबाइल के नाल करीब 4 लाख की जी है गोल्ड भी चोरी होया सीगा। वो कह रहे ने कि भी जे मोबाइल मिल गया तो गोल्ड वगैरह नहीं मिले तो उस असी जी इन्हें कंप्लेंट्स साढ़े को चल रही हैं तो जी चोरी द गल कहते हैं वो कर रहे हैं जी अगे इन्वेस्टिगेशन कर रहे हैं तो वो भी जल्दी करा देंगे। मैम होर जी गल की जाए 26 जनवरी आ गई सिक्योरिटी लैके की परपज मैम कि इंतजाम चल वो जी असी कल अपनी फुल ड्रेस रिहर्सल रखी है सिक्योरिटी के रिलेटिड पूरी मुस्तैदी है पुलिस की एक्स्ट्रा डिप्लॉयमेंट हुई है बाहरों सानू बहुत ज़्यादा एक्स्ट्रा फोर्स मिली है 300 बंदे की पूरी डिप्लॉयमेंट है शहर से प्रॉपर पीसफुल तरीके असी 26 जनवरी का फंक्शन मनावांगे। बंती जो झंडा लहरा की रस्म जी की जा रही है कि मंत्री आ रहे तो कि पूरे प्रबंध सारे मुकम्मल पूरे प्रबंध मुकम्मल है जी ऑल इज़ रेडी जी। बिल्कुल तुम देख सकते हो एस एफ फिरोजपुर गलबात की जा रही है कि अज जी है कि 216 मोबाइल जोड़े है लभन कामयाबी हासिल की है जिथे एक कुलवंत सिंह वालों जी है पंजाब पुलिस से एक सवाले निशान सगा उसू भी जरा पंजाब पुलिस ने जरा सॉल्व करने की गल की कि जल्द ही जोड़े है मोबाइल के नाल जोड़े उन्हों का गोल्ड या होर समान चोरी है वह भी बरामद किया जाएगा। फिरोजपुर तो कैमरा पर्सन जगदीश कुमार की फैक्ट्यूज़।